ਸ੍ਰੀ ਅਕਾਲ ਜੀ। ਅੱਜ ਆਪਾਂ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰਵਾਨਾ ਹੋਣ ਲੱਗਿਆ ਘਰੋਂ ਜੀ। ਨਾਲ ਹੀ ਫੈਮਿਲੀ ਚੱਲੀ ਹੈ ਸਾਡੀ, ਦਰਸ਼ਨ ਦੀਦਾਰੇ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਫੈਮਿਲੀ ਚਾਹ ਪਾਣੀ ਪੀਣ ਵਾਸਤੇ ਰੁਕ ਰਹੇ ਹਾਂ ਜੀ। ਸਾਰੀ ਆਪਣੀ ਫੈਮਿਲੀ ਦਰਸ਼ਨ ਕਰਨ ਜਾ ਰਹੀ ਹੈ ਜੀ। ਅੱਗੇ ਅੱਗੇ ਰਸਤੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਆਪਣਾ ਜੀ ਸਤਲੁਜ ਦਰਿਆ ਜੀ, ਸ਼੍ਰੀ ਅਨੰਦਪੁਰ ਸਾਹਿਬ ਰਸਤੇ ਉੱਤੇ ਆਉਂਦਾ ਜਿਹੜਾ ਜੀ, ਤੁਸੀਂ ਦੇਖੋਗੇ ਬਸ ਇਸ ਤੋਂ 5 ਕਿਲੋਮੀਟਰ ਰਹਿ ਜਾਂਦਾ ਆਪਣਾ ਅਨੰਦਪੁਰ ਸਾਹਿਬ, ਅਤੇ ਤੁਹਾਨੂੰ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ। ਇਹ ਆਪਣੀ ਸੰਗਤ ਚੱਲੀ ਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ। ਆਪਣਾ ਸਾਹਮਣੇ ਗੁਰਦੁਆਰਾ ਸਾਹਿਬ ਆ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਅਤੇ ਅਰਦਾਸ ਵੀ ਦਰਸ਼ਨ ਕਰਨ ਵਾਸਤੇ ਚੱਲਿਆ। ਨਾਲ ਦੀ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜੀ, ਇਹ ਆਪਣਾ ਗੁਰਦੁਆਰਾ ਸਾਹਿਬ ਦਾ ਸਰੋਵਰ ਆ ਜੀ। ਦੇਖ ਸਕਦੇ ਹੋ ਤੁਸੀਂ ਆਪਣਾ ਗੁਰਦੁਆਰਾ ਸਾਹਿਬ, ਅਤੇ ਆਪਣੀ ਸੰਗਤ ਜਿਹੜੀ ਆ ਇਸ਼ਨਾਨ ਕਰਨ ਵਾਸਤੇ ਆਈ ਹੋਈ ਹੈ। ਦੇਖ ਰਹੇ ਹੋ ਜੀ ਮੇਨ ਰਸਤੇ ਤੋਂ ਗੁਰਦੁਆਰਾ ਸਾਹਿਬ ਜਿਹੜਾ ਵਾ, ਇਹ ਮਾਰਕੀਟ ਆ ਗੁਰਦੁਆਰਾ ਸਾਹਿਬ ਦੀ। ਨਾਲ ਦੀ ਨਾਲ ਤੁਹਾਨੂੰ ਮਾਰਕੀਟ ਦਿਖਾਵਾਂਗੇ ਜੀ। ਉਹ ਆਪਣਾ ਗੁਰਦੁਆਰਾ ਸਾਹਿਬ ਕੇਸਗੜ੍ਹ ਸਾਹਿਬ, ਇਹ ਆਪਣੀ ਮਾਰਕੀਟ ਆ ਜੀ ਗੁਰਦੁਆਰਾ ਸਾਹਿਬ ਦੀ। ਨਾਲ ਦੀ ਨਾਲ ਮਾਰਕੀਟ ਦੇ ਨਾਲ ਹੀ ਆਪਣਾ ਜਿਹੜਾ ਰਸਤਾ ਗੁਰਦੁਆਰਾ ਸਾਹਿਬ ਨੂੰ ਉੱਪਰ ਜਾਣ ਵਾਲਾ। ਆ ਜੀ ਇੱਧਰ ਵੀ ਆਪਣੇ ਮਾਰਕੀਟ ਆ ਜੀ, ਨਾਲ ਦੀ ਨਾਲ ਆ ਰਸਤਾ ਆਪਣਾ ਉੱਪਰ ਜਾਣ ਵਾਲਾ। ਆਪਾਂ ਮੇਨ ਗੁਰਦੁਆਰਾ ਸਾਹਿਬ 'ਚ ਆ ਚੁੱਕੇ ਹਾਂ ਜੀ, ਹੁਣ ਗੁਰਦੁਆਰਾ ਸਾਹਿਬ ਅੰਦਰ ਐਂਟਰ ਕਰਾਂਗੇ ਜੀ। ਇਹ ਆਪਣਾ ਗੁਰਦੁਆਰਾ ਸਾਹਿਬ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਇਹ ਆਪਣਾ ਪ੍ਰਸ਼ਾਦ ਵਾਸਤੇ ਇੱਥੋਂ ਆ ਜੀ। ਦੇਖ ਰਹੇ ਹੋ ਤੁਸੀਂ ਇਹ ਆਪਣੀਆਂ ਮੇਨ ਪੌੜੀਆਂ ਜੀ,